ਸ਼ਹਿਰੀ ਪੁਲਿਸ ਨੇ ਇੱਕ ਵਿਅਕਤੀ ਅਤੇ ਔਰਤ ਨੂੰ ਹੱਥਕੜੀ ਸਮੇਤ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਰਾਜਪੁਰਾ ਆਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਪੁਲਿਸ ਨੇ ਇਹਨਾਂ ਦੋਹਾਂ ਨੂੰ ਕਾਬੂ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਇਹਨਾਂ ਦੀ ਨਿਸ਼ਾਨਦੇਹੀ ਤੇ 3 ਹੋਰ ਵਿਅਕਤੀਆਂ ਨੂੰ ਵੱਖ ਵੱਖ ਥਾਵਾਂ ਤੋਂ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਕਾਬੂ ਕਰਨ ਉਪਰੰਤ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇਹਨਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਪਰਚਾ ਹੋਇਆ ਹੋਇਆ ਸਿਟੀ ਬਰਨਾਲੇ 2018 ਦਾ, ਉਹਦੇ 'ਚ ਇਹਦੇ ਸ਼ੁਭਮ ਬਾਂਸਲ ਦੇ ਜਿਹੜੇ ਨੇ ਵਾਰੰਟ ਵੀ ਨਿਕਲੇ ਹੋਏ ਨੇ। ਉਸ ਦੇ ਵਿੱਚ ਇਹਨਾਂ ਨੇ ਇੱਕ ਸਨਾਟਾ ਗੱਡੀ ਦੀ ਗਨ ਪੁਆਇੰਟ ਦੇ ਉੱਤੇ ਖੋਹ ਕੀਤੀ ਸੀਗੀ ਸਿਟੀ ਦੇ। ਅਦਰਵਾਈਜ਼ ਇਹ ਇਹਨਾਂ ਦੇ ਵਿੱਚੋਂ 4 ਜਣੇ ਜਿਹੜੇ ਨੇ ਬਠਿੰਡੇ ਦੇ ਰਹਿਣ ਵਾਲੇ ਆ, ਜਿਨ੍ਹਾਂ 'ਚੋਂ ਇੱਕ ਪਿੰਡ ਭੈਣੀਆਂ ਦਾ, 3 ਚੌਕੇ ਦੇ ਆ, ਅਤੇ ਇੱਕ ਅਕਲੀਆਂ ਪਿੰਡ ਦਾ ਹੈਗਾ, ਜ਼ਿਲ੍ਹਾ ਮਾਨਸੇ ਦਾ, ਉੱਥੋਂ ਦਾ ਇਹ ਜਿਹੜਾ ਹੈਗਾ ਰਹਿਣ ਵਾਲਾ ਦੱਸਿਆ ਜਾਂਦਾ। ਅਤੇ ਫਿਲਹਾਲ ਅਸੀਂ ਇਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ, ਜਿੱਥੋਂ ਕਿ ਸਾਨੂੰ ਇਹਨਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ। ਅਤੇ ਹੁਣ ਅਸੀਂ ਉਹਦੀ ਜਿਹੜੀ ਅਗਲੀ ਜਿਹੜੀ ਇਹਦੀ ਡਿਟੇਲਡ ਕੁਐਸਚਨਿੰਗ ਵਗੈਰਾ ਕਰਕੇ, ਇਹਨਾਂ ਦਾ ਕੀ ਮੋਡਸ ਓਪਰੈਂਡੀ ਸੀ, ਕਿੰਨੀ ਕੁ ਵਾਰੀ ਉੱਥੋਂ ਲੈ ਕੇ ਆਏ ਨੇ, ਅਤੇ ਇੰਨੇ ਜਿਹੜਾ ਵੱਡੀ ਕੁਆਂਟਿਟੀ ਹੈ ਪੈਸੇ ਇਹਨਾਂ ਕੋਲ ਕਿੱਥੋਂ ਆਉਂਦੇ ਸੀਗੇ, ਇਹ ਸਾਰੀਆਂ ਚੀਜ਼ਾਂ ਦੀ ਪੜਤਾਲ ਹੈ ਜਿਹੜੀ, ਇਹ ਅਸੀਂ ਹੁਣ ਅੱਗੇ ਕਰਾਂਗੇ। ਉਹ ਵਹੀਕਲ ਫਿਲਹਾਲ ਤਾਂ ਕਿਉਂਕਿ ਇਹਨਾਂ ਦੇ ਕੋਲੋਂ ਫੜਿਆ, ਤਾਂ ਅਸੀਂ ਸਮਝਦੇ ਹਾਂ ਵੀ ਲੇਡੀ ਦਾ ਹੀ ਹੋਊਗਾ। ਉਹ ਹੁਣ ਬਾਅਦ ਦੇ ਵਿੱਚ ਇਕੱਠੇ ਹੋਇਆ, ਕਿਉਂਕਿ ਇੱਕ ਵਾਰੀ ਉੱਥੇ ਫੜੇ ਗਏ ਤਾਂ ਉਹ ਕਿਤੋਂ ਨਾ ਕਿਤੋਂ ਉਹਨੇ ਅਰੇਂਜ ਕੀਤਾ ਹੋਣਾ ਜਾਂ ਕਿਵੇਂ ਕੀਤਾ ਹੋਣਾ, ਇਹ ਹਾਲੇ ਜਿਹੜੇ ਸਾਰੀਆਂ ਚੀਜ਼ਾਂ ਹੈਗੀਆਂ। ਹੁਣ ਅਸੀਂ 4 ਦਿਨ ਦਾ ਪੁਲਿਸ ਰਿਮਾਂਡ ਲਿਆ, ਇਹ ਫਰਦਰ ਜਿਹੜੀ ਉਹਨਾਂ 'ਚ ਕਲੀਅਰ ਹੋ ਜਾਣਗੀਆਂ। ਨਹੀਂ, ਇਹਦੇ ਬਾਰੇ ਕੋਈ ਕਲੀਅਰ ਨਹੀਂ ਹੈ। ਉੱਥੋਂ ਤਾਂ ਇਹ ਵੱਖੋ ਵੱਖਰੇ ਹੋ ਗਏ ਸੀ ਇੱਕ ਵਾਰੀ, ਕਿਉਂਕਿ ਬੰਦਾ ਫੜਿਆ ਗਿਆ ਸੀਗਾ ਅਤੇ ਲੇਡੀ ਆ ਜਿਹੜੀ ਉਹ ਵੱਖਰੀ ਸੀਗੀ, ਉਹ ਫੜੀ ਨਹੀਂ ਗਈ ਸੀ। ਹਾਂਜੀ, ਸਕੂਟੀ ਸੀ, ਐਕਟਿਵਾ ਵੀ ਅਸੀਂ ਕਬਜ਼ੇ। ਦੇਖੋ, ਜਿਵੇਂ ਸਾਨੂੰ ਪਤਾ ਲੱਗੂਗਾ, ਕਿਉਂਕਿ ਅਸੀਂ ਆਪਣਾ ਜਿੰਨੇ ਇਹਦੇ ਬੈਕਵਰਡ ਰੈਫਰੈਂਸਿਸ ਹੈਗੇ ਆ ਉੱਥੇ ਤੱਕ ਜ਼ਰੂਰ ਇਸ ਚੀਜ਼ ਦੀ ਪਹੁੰਚ ਕਰਾਂਗੇ। ਜੇ ਉੱਥੋਂ ਕੋਈ ਸਾਨੂੰ ਉਹਦਾ ਇੱਕ ਕਲੀਅਰ ਕੱਟ ਦੱਸ ਪਾਊਗਾ ਵੀ ਕਿੱਥੋਂ ਇਹ ਲੈਣ ਗਿਆ ਸੀ, ਕਿਵੇਂ ਸੀਗਾ, ਤਾਂ ਅਸੀਂ ਉੱਥੇ ਪਹੁੰਚ ਕੇ ਜਿਹੜੀ ਅੱਗੇ ਬਣਦੀ ਕਾਰਵਾਈ ਕੀਤੀ ਜਾਊਗੀ। ਅਤੇ ਅਦਰਵਾਈਜ਼ ਵੀ ਅਸੀਂ ਜਿਹੜਾ ਹੈਗਾ ਦਿੱਲੀ ਪੁਲਿਸ ਦੇ ਜਿਹੜੇ ਹੈਗੇ ਨੇ ਆਪਣੇ ਉੱਚ ਅਫਸਰਾਂ ਦੇ ਥਰੂ, ਜਿਹੜਾ ਦਿੱਲੀ ਪੁਲਿਸ ਦੇ ਉੱਚ ਅਫਸਰਾਂ ਨੂੰ ਲਿਖ ਕੇ ਜ਼ਰੂਰ ਭੇਜਾਂਗੇ ਵੀ ਉਹ ਇਹ ਜਿਹੜਾ ਏਰੀਆ ਹੈ ਜਿੱਥੋਂ ਇਹ ਲੈਣ ਗਏ ਸੀਗੇ, ਤਾਂ ਕਿ ਉਹ ਵੀ ਆਪਣੇ ਪੱਧਰ 'ਤੇ, ਜੇ ਸਾਨੂੰ ਕੁਛ ਨਹੀਂ ਪਤਾ ਲੱਗਦਾ ਤਾਂ ਉਹ ਵੀ ਆਪਣੇ ਪੱਧਰ 'ਤੇ ਇਸ ਚੀਜ਼ ਜਾਂਚ ਪੜਤਾਲ ਜਿਹੜੀ ਹੈ ਦਿੱਲੀ ਪੁਲਿਸ ਵੀ ਕਰੂਗੀ। ਦੇਖੋ, ਆਪਣੇ ਕੋਲ ਨਹੀਂ ਬਰਾਮਦ ਹੋਏ, ਇਹਨਾਂ ਦੇ ਦੱਸਣ ਮੁਤਾਬਕ ਇਹ 2 ਲੱਖ ਰੁਪਏ ਦੀ ਹੈਰਨ ਜਿਹੜੀ ਹੈਗੀ ਆ ਉੱਥੋਂ ਲੈਣ ਗਏ ਸੀ। ਉਸ ਮੌਕੇ ਇਹਨਾਂ ਕੋਲ 2 ਲੱਖ ਰੁਪਇਆ ਸੀਗਾ, ਅਤੇ ਹੁਣ ਉਹ 2 ਲੱਖ ਰੁਪਏ ਦਾ ਕੀ ਸਟੇਟਸ ਹੈ, ਇਹਦੇ ਬਾਰੇ ਫਰਦਰ ਅੱਗੇ ਪਤਾ ਕਰਕੇ ਜਿਹੜਾ ਪਤਾ। ਉੱਥੋਂ ਦੱਸਿਆ ਜੀ ਵੀ ਲੈ ਕੇ ਤਾਂ ਉੱਥੇ ਹੀ ਦੱਸ ਚੁੱਕਿਆ ਆਉਂਦੇ ਸੀਗੇ, ਅਤੇ ਇੱਥੇ ਰਾਜਪੁਰੇ ਇਹਨਾਂ ਨੇ ਆਪਣਾ ਥੋੜ੍ਹਾ ਬਹੁਤਾ ਬਣਾਇਆ ਹੋਇਆ ਸੀ, ਕਿਉਂਕਿ ਆਮ ਤੌਰ 'ਤੇ GT ਰੋਡ ਨੂੰ ਫੋਲੋ ਕਰਦੇ ਆ, ਟ੍ਰੈਫਿਕ ਜ਼ਿਆਦਾ ਹੁੰਦਾ, ਚੈਕਿੰਗ ਦੇ ਆਸਾਰ ਘੱਟ ਹੁੰਦੇ ਆ। ਇੱਥੋਂ ਇਹਨਾਂ ਨੇ ਸਿੱਧੇ ਬਠਿੰਡੇ ਨੂੰ ਜਾਣਾ ਸੀਗਾ, ਵੈਸੇ ਇਹਨਾਂ ਨੇ ਲੈ ਕੇ ਜਿਹੜੀ ਇਹਨਾਂ ਦੀ ਮੰਜ਼ਿਲ ਆ ਉਹ ਬਠਿੰਡੇ ਹੀ ਸੀ। ਜ਼ਿਆਦਾਤਰ ਸਰ ਸਕੂਟਰ 'ਤੇ ਚੱਲਦੇ ਰਹਿੰਦੇ ਸੀ, ਵੱਡੀ ਗੱਡੀ ਚੈਕਿੰਗ ਹੁੰਦੀ ਰਹਿੰਦੀ ਹੈ ਜ਼ਿਆਦਾਤਰ। ਨਹੀਂ ਜੀ, ਆਮ ਤੌਰ 'ਤੇ ਕਿਸੇ ਵੀ ਚੀਜ਼ 'ਚ ਤਾਂ ਮੌਕੇ ਦੀ ਗੱਲ ਹੁੰਦੀ ਹੈ, ਇਹਨਾਂ ਕੋਲ ਇਹਨਾਂ ਨੂੰ ਜੋ ਕਨਵੀਨੀਅੰਸ ਮਿਲੇ ਉੱਥੇ ਚੱਲ ਪੈਂਦੇ ਆ, ਇਹ ਆਪਣੀ ਕਨਵੀਨੀਅੰਸ ਰਸਤੇ ਚੇਂਜ ਵੀ ਕਰਦੇ ਆ। ਕਈ ਵਾਰੀ ਇਹ ਬੱਸ ਦਾ ਸਫ਼ਰ ਕਰਦੇ ਆ ਤਾਂ ਬੱਸ ਨੂੰ 2-2, 3-3 ਬੱਸਾਂ ਵੀ ਚੇਂਜ ਕਰ ਲੈਂਦੇ ਆ, ਇੱਕੋ ਹੀ ਚੀਜ਼ ਦੇ ਵਿੱਚ ਜਿਹੜਾ ਹੈ ਇਹ ਨਹੀਂ ਕਦੇ ਵੀ ਟਰੈਵਲ ਕਰਦੇ, ਇਹ ਆਪਣੇ ਮੋਡ ਆਫ ਟਰੈਵਲ ਚੇਂਜ ਕਰਦੇ ਰਹਿੰਦੇ ਤਾਂ ਕਿ ਸ਼ੱਕ ਨਾ ਪਵੇ। ਫਿਲਹਾਲ ਸਾਨੂੰ ਇਹਦੇ ਕੋਈ ਇਹਦੇ ਅਗੇਂਸਟ ਕੋਈ ਕੇਸ ਰਜਿਸਟਰ ਵਗੈਰਾ ਜਾਂ ਉਹਦਾ ਪਤਾ ਨਹੀਂ ਲੱਗਿਆ। ਵੈਸੇ ਇੱਕ ਮੁੱਢਲੀ ਜਾਂਚ ਪੜਤਾਲ ਜਿਹੜਾ ਪਤਾ ਲੱਗਿਆ ਵੀ ਉਹ ਨਵੀਂ ਹੀ ਇਸ ਕੰਮ ਦੇ ਵਿੱਚ ਜਿਹੜੀ ਆਈ ਹੈ।